ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਿੱਖ ਟੀਵੀ। ਮੈਂ ਕਰਨਵੀਰ ਸਿੰਘ। ਸ਼ੁਰੂਆਤ ਕਰਦੇ ਹਾਂ ਦੇਸ਼ ਵਿਦੇਸ਼ਾਂ ਜੁੜੀਆਂ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਨਾਲ। ਗੁਰੂ ਨਾਨਕ ਕਾਲਜ ਮੋਗਾ ਵਿੱਚ ਚੱਲੀ ਗੋਲੀ, ਇੱਕ ਵਿਦਿਆਰਥੀ ਜ਼ਖਮੀ। ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਆਪ ਵੱਲੋਂ ਰਤਨ ਸਿੰਘ ਕਾਕੜ ਕਲਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ। ਸੁਖਬੀਰ ਬਾਦਲ ਨੇ ਸ਼ਾਹਕੋਟ ਜ਼ਿਮਨੀ ਚੋਣਾਂ 25,000 ਦੇ ਫਰਕ ਨਾਲ ਜਿੱਤਣ ਦਾ ਕੀਤਾ ਦਾਅਵਾ। ਅੰਮ੍ਰਿਤਸਰ ਸਾਹਿਬ ਵਿਖੇ ਦੁਰਗਿਆਣਾ ਮੰਦਿਰ ਨੇੜੇ ਬਣੇਗੀ ਹੈਰੀਟੇਜ ਸਟਰੀਟ। ਪੰਜਾਬ ਬੋਰਡ ਦੇ 10ਵੀਂ ਦੇ ਨਤੀਜਿਆਂ ਵਿੱਚ ਫੇਲ ਹੋਏ 1.5 ਲੱਖ ਤੋਂ ਵੱਧ ਵਿਦਿਆਰਥੀ। ਬਟਾਲਾ ਅਧੀਨ ਪੈਂਦੇ ਪਿੰਡ ਸਫਰਕੋਟ ਵਿੱਚ 5 ਗੁਰਦੁਆਰਿਆਂ ਦੀ ਜਗ੍ਹਾ ਬਣਾਇਆ ਇੱਕ ਗੁਰਦੁਆਰਾ। ਪਹਿਲੀ ਕਮੇਟੀ ਦੇ 2-2 ਮੈਂਬਰ ਲੈ ਕੇ ਨਵੀਂ 10 ਮੈਂਬਰੀ ਕਮੇਟੀ ਦਾ ਕੀਤਾ ਗਠਨ। ਯੂਨਾਈਟਿਡ ਸਿੱਖ ਮੂਵਮੈਂਟ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਛੇੜਛਾੜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਿਆ ਦੋਸ਼ੀ। 1999 ਵਿੱਚ ਹਿੰਦੀ 'ਚ ਛਪੀ ਸਿੱਖ ਇਤਿਹਾਸ ਪੁਸਤਕ ਦਾ ਦਿੱਤਾ ਹਵਾਲਾ। ਚੰਡੀਗੜ੍ਹ ਟ੍ਰੈਫਿਕ ਪੁਲਿਸ ਸੜਕੀ ਨਿਯਮਾਂ ਵਿੱਚ ਕਰੇਗੀ ਹੋਰ ਸਖ਼ਤੀ। ਤੇਜ਼ ਰਫ਼ਤਾਰ, ਮੋਬਾਈਲ ਵਰਤੋਂ, ਨਸ਼ੇ ਦੀ ਵਰਤੋਂ ਅਤੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ 'ਤੇ ਪਹਿਲੀ ਕੁਤਾਹੀ ਮੌਕੇ ਹੀ ਕੀਤੇ ਜਾਣਗੇ ਲਾਇਸੈਂਸ ਰੱਦ। ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਿੱਚ ਹੋਇਆ ਹੋਰ ਵਾਧਾ। ਪਿਛਲੇ  3 ਸਾਲਾਂ ਤੋਂ ਦਿੱਲੀ ਸਰਕਾਰ ਉੱਤੇ ਕੰਸਟਰਕਸ਼ਨ ਲੇਬਰ ਫੰਡ ਦੇ 139 ਕਰੋੜ ਰੁਪਏ ਦੇ ਘੁਟਾਲੇ ਦੇ ਲੱਗੇ ਇਲਜ਼ਾਮ। ਸਰੀ ਦੇ ਅਭਿਜੀਤ ਸੱਚਰ ਨੇ ਜਿੱਤਿਆ ਰੋਟਰੀ ਕਲੱਬ ਦਾ ਬਹਿਸ ਮੁਕਾਬਲਾ। ਸਰੀ ਅਤੇ ਗ੍ਰੇਟ ਵੈਨਕੂਵਰ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਹੋਏ ਸਨ ਇਹ ਬਹਿਸ ਮੁਕਾਬਲੇ। ਹੁਣ ਖ਼ਬਰਾਂ ਵਿਸਥਾਰ ਦੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਕਾਲਜ ਗੁਰੂ ਨਾਨਕ ਕਾਲਜ ਮੋਗਾ ਦੇ ਵਿੱਚ 2 ਵਿਦਿਆਰਥੀ ਧੜਿਆਂ ਵਿਚਕਾਰ ਗੋਲੀ ਚੱਲਣ ਕਾਰਨ ਇੱਕ ਵਿਦਿਆਰਥੀ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਲੁਧਿਆਣਾ ਰੈਫਰ ਕੀਤਾ ਗਿਆ। ਮੌਕੇ ਉੱਤੇ ਪੁੱਜੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਵਿੱਚ ਪ੍ਰੀਖਿਆ ਦੌਰਾਨ ਨਕਲ ਦੀ ਪਰਚੀ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ ਸੀ। BA ਭਾਗ ਪਹਿਲਾਂ ਦੇ ਅੰਗਰੇਜ਼ੀ ਪੇਪਰ ਵਿੱਚ ਕੁਝ ਵਿਦਿਆਰਥੀ ਕਥਿਤ ਤੌਰ ਉੱਤੇ ਪ੍ਰੀਖਿਆ ਵਿੱਚ ਨਕਲ ਮਾਰਨ ਲਈ ਬਾਹਰੋਂ ਪਰਚੀਆਂ ਸੁੱਟ ਰਹੇ ਸਨ। ਨਕਲ ਦੀ ਇੱਕ ਪਰਚੀ ਗੁਰਪ੍ਰੀਤ ਸਿੰਘ ਉਰਫ ਗੋਰਾ ਨਾਮ ਦੇ ਵਿਦਿਆਰਥੀ ਕੋਲ ਆਣ ਡਿੱਗੀ, ਜੋ ਉਸਨੇ ਚੁੱਕ ਕੇ ਬਾਹਰ ਸੁੱਟ ਦਿੱਤੀ। ਉਸਦੇ ਨੇੜੇ ਬੈਠੇ ਇੱਕ ਹੋਰ ਵਿਦਿਆਰਥੀ ਹਰਜੀਤ ਸਿੰਘ ਪਿੰਡ ਨਿੱਦਾ ਵਾਲਾ ਨੇ ਇਤਰਾਜ਼ ਕੀਤਾ। ਪੇਪਰ ਖਤਮ ਹੋਣ ਤੋਂ ਬਾਅਦ ਦੋਵਾਂ ਵਿਦਿਆਰਥੀਆਂ ਵਿਚਕਾਰ ਕਾਲਜ ਦੀ ਕੰਟੀਨ ਵਿੱਚ ਤਕਰਾਰ ਹੋ ਗਈ। ਇਸ ਮੌਕੇ ਹੋਈ ਗੋਲਾਬਾਰੀ ਵਿੱਚ ਹਰਜੀਤ ਸਿੰਘ ਦੀ ਛਾਤੀ ਅਤੇ ਬਾਂਹ 'ਤੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ। ਆਮ ਆਦਮੀ ਪਾਰਟੀ ਵੱਲੋਂ ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਰਤਨ ਸਿੰਘ ਕਾਕੜ ਕਲਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ। ਇਸ ਮੌਕੇ ਉਹਨਾਂ ਨਾਲ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਲੋਕ ਸਭਾ ਮੈਂਬਰ ਸਾਧੂ ਸਿੰਘ, ਅਮਨ ਅਰੋੜਾ ਸਣੇ ਹੋਰ ਵਿਧਾਇਕ ਅਤੇ ਆਗੂ ਮੌਜੂਦ ਸਨ। ਉਂਝ ਸੰਸਦ ਮੈਂਬਰ ਅਤੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਭਗਵੰਤ ਮਾਨ ਗੈਰ ਹਾਜ਼ਰ ਰਹੇ। ਇਸ ਮੌਕੇ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਚੋਣ ਜਿੱਤਣ ਲਈ ਖੁੱਲ੍ਹੇ ਤੌਰ ਉੱਤੇ ਪੈਸੇ ਅਤੇ ਨਸ਼ਿਆਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਆਪ ਵੱਲੋਂ ਚੋਣ ਜਿੱਤਣ ਲਈ ਅਜਿਹਾ ਕੋਈ ਹੱਥਕੰਡਾ ਨਹੀਂ ਅਪਣਾਇਆ ਜਾਵੇਗਾ ਅਤੇ ਬਿਲਕੁਲ ਸਾਫ਼ ਤਰੀਕੇ ਨਾਲ ਚੋਣ ਲੜੀ ਜਾਵੇਗੀ। ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਮਰਹੂਮ ਅਜੀਤ ਸਿੰਘ ਕੁਹਾੜ ਦੇ ਪੁੱਤਰ ਅਤੇ ਅਕਾਲੀ ਉਮੀਦਵਾਰ ਨਾਇਬ ਸਿੰਘ ਕੁਹਾੜ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀ ਦੀ ਅਗਵਾਈ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ। ਇਸ ਮੌਕੇ SDM ਦਫ਼ਤਰ ਦੇ ਸਾਹਮਣੇ ਭਰਮੀ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹ 25,000 ਦੇ ਫਰਕ ਨਾਲ ਇਹ ਚੋਣ ਜਿੱਤਣਗੇ। ਇਸ ਤੋਂ ਬਿਨਾਂ ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਰੇਤ ਦੀ ਗੈਰ ਕਾਨੂੰਨੀ ਮਾਈਨਿੰਗ ਦਾ ਪੈਸਾ ਕਾਂਗਰਸ ਦੀ ਹਾਈ ਕਮਾਂਡ ਤੱਕ ਪਹੁੰਚਾਉਂਦਾ ਰਿਹਾ ਅਤੇ ਇਸੇ ਕਰਕੇ ਸਾਰੀ ਕਾਂਗਰਸ ਲਾਡੀ ਦਾ ਬਚਾਅ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦ ਲਾਡੀ ਸ਼ੇਰੋਂ ਵਾਲੀਆ ਨਾਮਜ਼ਦਗੀ ਪੱਤਰ ਦਾਖਲ ਕਰਨ ਆਉਣ ਤਾਂ ਚੋਣ ਕਮਿਸ਼ਨ ਦੇ ਨੁਮਾਇੰਦੇ ਹੋਣ ਕਰਕੇ SDM ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗੈਰ ਜ਼ਮਾਨਤੀ ਧਾਰਾਵਾਂ ਤਹਿਤ ਦਰਜ ਹੋਏ ਪਰਚੇ ਅਧੀਨ ਉਹਨਾਂ ਨੂੰ ਗ੍ਰਿਫਤਾਰ ਕਰਨ। ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੀ ਹਰਿਮੰਦਰ ਸਾਹਿਬ ਨੇੜੇ ਬਣਾਈ ਗਈ ਹੈਰੀਟੇਜ ਸਟਰੀਟ ਦੀ ਤਰਜ ਉੱਤੇ ਦੁਰਗਿਆਣਾ ਮੰਦਿਰ ਨੇੜੇ ਵੀ ਹੈਰੀਟੇਜ ਸਟਰੀਟ ਬਣਾਉਣ ਦਾ ਐਲਾਨ ਕੀਤਾ ਹੈ। ਉਹ ਅੱਜ ਇੱਥੇ ਦੁਰਗਿਆਣਾ ਮੰਦਿਰ ਸੁੰਦਰੀਕਰਨ ਯੋਜਨਾ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਪੁੱਜੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਸਿੱਧੂ ਨੇ ਖੁਲਾਸਾ ਕੀਤਾ ਕਿ ਦੁਰਗਿਆਣਾ ਮੰਦਿਰ ਨੇੜੇ ਹੈਰੀਟੇਜ ਸਟਰੀਟ ਬਣਾਉਣ ਵਾਸਤੇ 5 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਹ ਹੈਰੀਟੇਜ ਸਟਰੀਟ ਇੱਥੇ ਹਾਥੀ ਗੇਟ ਦਰਵਾਜ਼ੇ ਕੋਲੋਂ ਸ਼ੁਰੂ ਹੋਵੇਗੀ ਅਤੇ ਦੁਰਗਿਆਣਾ ਮੰਦਿਰ ਤੱਕ ਚਲੀ ਜਾਵੇਗੀ, ਜਿਸ ਦੇ ਤਹਿਤ ਆਲੇ ਦੁਆਲੇ ਇੱਕੋ ਜਿਹਾ ਢਾਂਚਾ ਵੀ ਉਸਾਰਿਆ ਜਾਵੇਗਾ। ਇਸ ਸੰਬੰਧੀ ਦੁਰਗਿਆਣਾ ਮੰਦਿਰ ਅਤੇ ਹੈਰੀਟੇਜ ਸਟਰੀਟ ਨੇੜੇ ਸੁੰਦਰ ਪ੍ਰਵੇਸ਼ ਦੁਆਰ ਵੀ ਬਣਾਏ ਜਾਣਗੇ। ਇਸ ਯੋਜਨਾ ਵਾਸਤੇ ਹੁਣ ਤੱਕ 25 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ 10 ਕਰੋੜ ਰੁਪਏ ਪਿਛਲੀ ਸਰਕਾਰ ਸਮੇਂ ਅਤੇ 15 ਕਰੋੜ ਰੁਪਏ ਕੈਪਟਨ ਸਰਕਾਰ ਵੱਲੋਂ ਦਿੱਤੇ ਜਾਣੇ ਨੇ।
ਬੀਤੇ ਦਿਨੀ ਪੰਜਾਬ ਬੋਰਡ ਵੱਲੋਂ ਐਲਾਨੇ ਗਏ 10ਵੀਂ ਦੇ ਨਤੀਜਿਆਂ ਵਿੱਚ 1.5 ਲੱਖ ਤੋਂ ਵੱਧ ਵਿਦਿਆਰਥੀ ਫੇਲ ਹੋ ਗਏ ਨੇ, ਜਿਸ ਤੋਂ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਨੀਤੀਆਂ ਦਾ ਪਤਾ ਲੱਗਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਨਤੀਜੇ ਦਾ ਅਧਿਐਨ ਕੀਤਿਆਂ ਸਪੱਸ਼ਟ ਹੁੰਦਾ ਹੈ ਕਿ ਇਸ ਸਾਲ ਸੂਬੇ ਦੇ 3,36,539 ਵਿਦਿਆਰਥੀਆਂ ਨੇ ਰੈਗੂਲਰ ਤੌਰ ਉੱਤੇ ਇਹ ਪ੍ਰੀਖਿਆ ਦਿੱਤੀ। ਇਸ ਵਿੱਚੋਂ 1,55,585 ਵਿਦਿਆਰਥੀ ਫੇਲ ਹੋਏ ਹਨ। ਬੋਰਡ ਵੱਲੋਂ ਐਲਾਨੇ ਪਹਿਲੇ 3 ਵਿਦਿਆਰਥੀਆਂ ਵਿੱਚ ਕੋਈ ਵੀ ਸਰਕਾਰੀ ਸਕੂਲ ਦਾ ਵਿਦਿਆਰਥੀ ਨਹੀਂ ਹੈ। ਇਹੀ ਬਸ ਨਹੀਂ, ਬੋਰਡ ਵੱਲੋਂ ਐਲਾਨੀ 401 ਵਿਦਿਆਰਥੀਆਂ ਦੀ ਮੈਰਿਟ ਸੂਚੀ ਵਿੱਚ ਸਰਕਾਰੀ ਸਕੂਲਾਂ ਦੇ ਕੇਵਲ 27 ਵਿਦਿਆਰਥੀਆਂ ਦੇ ਨਾਂ ਹੀ ਦਰਜ ਹਨ। ਇਸ ਵਿੱਚ ਰੋਪੜ, ਮੋਹਾਲੀ ਵਰਗੇ ਜ਼ਿਲ੍ਹਿਆਂ ਦਾ ਕੋਈ ਵਿਦਿਆਰਥੀ ਵੀ ਮੈਰਿਟ ਸੂਚੀ ਵਿੱਚ ਆਪਣਾ ਨਾਂ ਦਰਜ ਨਹੀਂ ਕਰਵਾ ਸਕਿਆ। ਇਹ ਸਨ ਹੁਣ ਤੱਕ ਦੀਆਂ ਖਾਸ ਖ਼ਬਰਾਂ, ਅਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ 'ਤੇ। ਗੁਰੂ ਨਾਨਕ ਕਾਲਜ ਮੋਗਾ ਵਿੱਚ ਚੱਲੀ ਗੋਲੀ, ਇੱਕ ਵਿਦਿਆਰਥੀ ਜ਼ਖਮੀ। ਸ਼ਾਹਕੋਟ ਜ਼ਿਮਨੀ ਚੋਣਾਂ ਵਿੱਚ ਆਪ ਵੱਲੋਂ ਰਤਨ ਸਿੰਘ ਕਾਕੜ ਕਲਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ। ਸੁਖਬੀਰ ਬਾਦਲ ਨੇ ਸ਼ਾਹਕੋਟ ਜ਼ਿਮਨੀ ਚੋਣਾਂ 25,000 ਦੇ ਫਰਕ ਨਾਲ ਜਿੱਤਣ ਦਾ ਕੀਤਾ ਦਾਅਵਾ। ਅੰਮ੍ਰਿਤਸਰ ਸਾਹਿਬ ਵਿਖੇ ਦੁਰਗਿਆਣਾ ਮੰਦਿਰ ਨੇੜੇ ਬਣੇਗੀ ਹੈਰੀਟੇਜ ਸਟਰੀਟ। ਪੰਜਾਬ ਬੋਰਡ ਦੇ 10ਵੀਂ ਦੇ ਨਤੀਜਿਆਂ ਵਿੱਚ ਫੇਲ ਹੋਏ 1.5 ਲੱਖ ਤੋਂ ਵੱਧ ਵਿਦਿਆਰਥੀ। ਬਟਾਲਾ ਅਧੀਨ ਪੈਂਦੇ ਪਿੰਡ ਸਫਰਕੋਟ ਵਿੱਚ 5 ਗੁਰਦੁਆਰਿਆਂ ਦੀ ਜਗ੍ਹਾ ਬਣਾਇਆ ਇੱਕ ਗੁਰਦੁਆਰਾ। ਪਹਿਲੀ ਕਮੇਟੀ ਦੇ 2-2 ਮੈਂਬਰ ਲੈ ਕੇ ਨਵੀਂ 10 ਮੈਂਬਰੀ ਕਮੇਟੀ ਦਾ ਕੀਤਾ ਗਠਨ। ਯੂਨਾਈਟਿਡ ਸਿੱਖ ਮੂਵਮੈਂਟ ਨੇ ਇਤਿਹਾਸ ਦੀਆਂ ਕਿਤਾਬਾਂ ਵਿੱਚ ਛੇੜਛਾੜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਿਆ ਦੋਸ਼ੀ। 1999 ਵਿੱਚ ਹਿੰਦੀ 'ਚ ਛਪੀ ਸਿੱਖ ਇਤਿਹਾਸ ਪੁਸਤਕ ਦਾ ਦਿੱਤਾ ਹਵਾਲਾ। ਚੰਡੀਗੜ੍ਹ ਟ੍ਰੈਫਿਕ ਪੁਲਿਸ ਸੜਕੀ ਨਿਯਮਾਂ ਵਿੱਚ ਕਰੇਗੀ ਹੋਰ ਸਖ਼ਤੀ। ਤੇਜ਼ ਰਫ਼ਤਾਰ, ਮੋਬਾਈਲ ਵਰਤੋਂ, ਨਸ਼ੇ ਦੀ ਵਰਤੋਂ ਅਤੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲਿਆਂ 'ਤੇ ਪਹਿਲੀ ਕੁਤਾਹੀ ਮੌਕੇ ਹੀ ਕੀਤੇ ਜਾਣਗੇ ਲਾਇਸੈਂਸ ਰੱਦ। ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਿੱਚ ਹੋਇਆ ਹੋਰ ਵਾਧਾ। ਪਿਛਲੇ  3 ਸਾਲਾਂ ਤੋਂ ਦਿੱਲੀ ਸਰਕਾਰ ਉੱਤੇ ਕੰਸਟਰਕਸ਼ਨ ਲੇਬਰ ਫੰਡ ਦੇ 139 ਕਰੋੜ ਰੁਪਏ ਦੇ ਘੁਟਾਲੇ ਦੇ ਲੱਗੇ ਇਲਜ਼ਾਮ। ਸਰੀ ਦੇ ਅਭਿਜੀਤ ਸੱਚਰ ਨੇ ਜਿੱਤਿਆ ਰੋਟਰੀ ਕਲੱਬ ਦਾ ਬਹਿਸ ਮੁਕਾਬਲਾ। ਸਰੀ ਅਤੇ ਗ੍ਰੇਟ ਵੈਨਕੂਵਰ ਦੇ ਹਾਈ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਹੋਏ ਸਨ ਇਹ ਬਹਿਸ ਮੁਕਾਬਲੇ। ਅੱਜ ਦੇ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਸਿੱਖ ਟੀਵੀ ਅਤੇ ਮੈਨੂੰ ਦਿਓ ਇਜਾਜ਼ਤ। ਧੰਨਵਾਦ।